ਗੋਬਿੰਦ ਸਿੰਘ ਗੁਰੂ ਗਤਿ ਦਾਇਕ ਆਨ ਕੀ ਆਸ ਨਹੀਂ ਮਨ ਰਾਈ ਚਾਤਰਕ ਚੀਤ ਮਹੂਰ ਮਹੂਰਾਟ ਸਵੰਤ ਦੀਦਾਰ ਕਬੈ ਜਹ ਪਾਈ ਜੀਉ ਪਤੰਗ ਸਨੇਹ ਕੀ ਡੋਰ ਬੱਦਾ ਡਗ ਡੋਰ ਸੋ ਲੈ ਹਉ ਮਲਾਈ ਸਿੰਦ ਹੋ ਤਾਸਨ ਹੈ ਭਾਵ ਕੀ ਗਤ मोहे माया कर ले हो बचाई परम सम्मान जो ਗੁਰੂ ਰੂਪ ਗੁਰੂ ਖਾਲਸਾ ਸਾਤ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਰਵੰਸ ਦਾਨੀ ਪਿਤਾ ਸਤਿਗੁਰੂ ਅੰਮ੍ਰਿਤ ਕੇ ਦਾਤੇ ਸਤਿਗੁਰੂ ਲੋਕ ਪ੍ਰਲੋਕ ਦੀਆਂ ਬਖਸ਼ਿਸ਼ਾਂ ਦੇ ਦਾਤੇ ਸਤਿਗੁਰੂ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਪਾਵਨ ਪਵਿੱਤਰ ਪ੍ਰਕਾਸ਼ ਸਥਾਨ ਪ੍ਰਗਟ ਸਥਾਨ ਸਤਿ ਸ਼੍ਰੀ ਰਾਮੰਦਰ ਜੀ ਪਟਨਾ ਸਾਹਿਬ ਬਿਹਾਰ ਦੀ ਧਰਤੀ ਤੇ ਸਹਿਬਾਂ ਦਾ ਪਾਵਨ ਪਵਿੱਤਰ ਅਵਤਾਰ ਗੁਰਪੁਰ ਜੋਗੋ ਡੁਗਾ ਟਾਲ ਧੰ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਪਾਵਨ ਹਜ਼ੂਰੀ ਵਿਖੇ ਡੁੜ ਕਰਕੇ ਆਪਾਂ ਬੜੀ ਸ਼ਰਧਾ ਭਾਵਨਾ ਨਾਲ ਮਨਾ ਰਹੇ ਹਾਂ ਦਾਸ ਤੋਂ ਪਹਿਲਾਂ ਬਹੁਤ ਹੀ ਨਿਰਮਲ ਆਤਮਾ ਸਿੱਖ ਪੰਥ ਦੇ ਉੱਚ ਕੋਟੀ ਦੇ ਵਿਦਵਾਨ ਗੁਰਮੁਖ ਆਤਮਾ ਬਹੁਤ ਹੀ ਸਤਿਕਾਰਯੋਗ ਗਿਆਨੀ ਪਿੰਦਰਪਾਲ ਸਿੰਘ ਜੀ ਨੇ ਸਤਿਗੁਰਾਂ ਦੇ ਮਹਾਨ ਪਰਉਪਕਾਰਾਂ ਅਤੇ ਬਖਸ਼ਿਸ਼ਾਂ ਦੇ ਉੱਤੇ ਵਿਦਵਤਾ ਭਰਪੂਰ ਵਿਆਖਿਆ ਕਰਕੇ ਆਪ ਸੰਗਤਾਂ ਨੂੰ ਗੁਰੂ ਜਸ ਸਰਬਨ ਕਰਵਾ ਕੇ ਨਿਹਾਲ ਕੀਤਾ ਹੈ ਸਾਧ ਸੰਗਤ ਜੀ ਸਮਾ ਬਹੁਤ ਸੰਖੇਪ ਵਿੱਚ ਅੱਜ ਸਿੱਖ ਪੰਥ ਦੀਆਂ ਮਹਾਨ ਉਚਕੋਟੀ ਦੀਆਂ ਹਸਤੀਆਂ ਕਵੀ ਸੱਜਣ ਸਤਿਗੁਰੂ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਹਾਜ਼ਰ ਹਨ ਔਰ ਸਤਗੁਰੂ ਜੀ ਦੀ ਯਾਦ ਵਿੱਚ ਸਤਗੁਰੂ ਜੀ ਦਾ ਮਹਾਨ ਜਸ ਗਾਇਨ ਕਰਦਿਆਂ ਕਵੀ ਵਿਦਵਾਨ ਸੱਜਣਾ ਨੇ ਸਤਗੁਰੂ ਜੀ ਦੀ ਕੀਰਤੀ ਕਰਨ ਹਿਤ ਕਵਤਾਵਾਂ ਦੁਆਰਾ ਆਪ ਸੰਗਤਾਂ ਨੂੰ ਸਤਗੁਰੂ ਦਾ ਗੁਰ ਇਤਿਹਾਸ ਸਰਵਣ ਕਰਵਾਉਣਾ ਹੈ ਸਾਧ ਸੰਗਤ ਜੀ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਖਾਲਸਾ ਪੰਥ ਦੇ ਅੰਦਰ ਐਸੇ ਕਵੀ ਪੈਦਾ ਕੀਤੇ ਜਿਹੜੇ ਗੁਰੂ ਕੇ ਘਾਹੀ ਵੀ ਸਨ ਨਾ ਘੋੜਿਆਂ ਨੂੰ ਘਾ ਪਾਉਣ ਵਾਲੇ ਉਹ ਵੀ ਸਿੱਖ ਪੰਥ ਦੇ ਇਤਨੇ ਉਚਕੋਟੀ ਦੇ ਵਿਦਵਾਨ ਸਨ ਕਿ ਉਹਨਾਂ ਅੱਗੇ ਚੰਦਨ ਕਵੀ ਵਰਗੇ ਉਚਕੋਟੀ ਦੇ ਵਿਦਵਾਨ ਵੀ ਨੀਵੇਂ ਪੈ ਗਏ ਔਰ ਸਾਈਂ ਬਾਣੀ ਆ ਉਹਨਾਂ ਦੀ ਰਚਨਾ ਹੈ ਮੂਹ ਕੂਚਰੈ ਸ਼ਾਸਤਰ ਖਟ ਪਿੰਗ ਗਿਰਨ ਚੜ ਜਾਏ ਅੰਧ ਲਖੈ ਬਧਰੋ ਸੁਨੇ ਜੋ ਕਾਲ ਕਿਰਪਾ ਕਰਾਏ ਜਦੋਂ ਵਾਹਿਗੁਰੂ ਦੀ ਅਕਾਲੀ ਕਿਰਪਾ ਹੁੰਦੀ ਹੈ ਤਾਂ ਜਿਹੜਾ ਗੁੰਗਾ ਵਿਅਕਤੀ ਹੈ ਉਸ ਨੂੰ ਪਰਮੇਸ਼ਰ ਕਵਤਾ ਦਾ ਰਚਣਾ ਔਰ ਕਵਤਾ ਦਾ ਬੋਲਣਾ ਇਹ দান ਬਖਸ਼ਿਸ਼ ਕਰ ਸਕਦਾ ਹੈ ਔਰ ਜਿਹੜੇ ਵਿਅਕਤੀ ਨੂੰ ਅੱਖਾਂ ਤੋਂ ਦਿਖਾਈ ਨਹੀਂ ਦਿੰਦਾ ਅੰਨਾ ਹੈ ਉਹ ਸਾਨੂੰ ਪ੍ਰਤੱਖ ਨਿਗਾਹ ਵੀ ਔਰ ਦਿਵ ਦ੍ਰਿਸ਼ਟੀ ਗਿਆਨ ਦੀ ਦ੍ਰਿਸ਼ਟੀ ਵੀ ਵਾਹਿਗੁਰੂ ਬਖਸ਼ ਦਿੰਦਾ ਹੈ ਇਸ ਕਰਕੇ ਐਸੇ ਸਤਿਗੁਰੂ ਜੀ ਦੇ ਦਰਬਾਰ ਵਿੱਚ ਕਵੀ ਦਰਬਾਰ ਪ੍ਰారంਭ ਹੋਣ ਜਾ ਰਹੇ ਹਨ ਕਲਗੀਧਰ ਪਾਤਸ਼ਾਹ ਜੀ ਨੇ ਸਿੱਖ ਪੰਥ ਵਿੱਚ ਐਸੇ-ਐਸੇ ਕਵੀ ਪੈਦਾ ਕੀਤੇ ਸਾਧ ਸੰਗਤ ਜੀ ਕਲਗੀਧਰ ਪਾਤਸ਼ਾਹ ਜੀ ਦੀ ਕਿਰਪਾ ਦੇ ਪਾਤਰ ਚੂੜਾਮਨ ਕਵੀ ਮਹਾਨ ਮਹਾਪੁਰਖ ਕਵੀ ਭਾਈ ਸੰਤੋਖ ਸਿੰਘ ਜੀ ਨੇ 10 ਗੁਰੂ ਸਹਿਬਾਨਾਂ ਦਾ ਜੋ ਇਤਿਹਾਸ ਕਾਵ ਰਚਨਾ ਵਿੱਚ ਸ਼੍ਰੀ ਗੁਰੂ ਨਾਨਕ ਪ੍ਰਕਾਸ਼ਿਤ ਗੁਰੂ ਪ੍ਰਤਾਪ ਸੂਰਜ ਗ੍ਰੰਥ ਦੇ ਵਿੱਚ ਦੇਵਸ ਵਿੱਚ ਕਾਵ ਦੇ ਨੌ ਦੇ ਨੌ ਰਸ ਦੁਨੀਆ ਭਰ ਦਾ ਗਿਆਨ ਜਿਸ ਦੇ ਅੰਦਰ ਭਾਈ ਸਾਹਿਬ ਨੇ ਕਵਤਾ ਰਾਹੀਂ ਅੰਕਿਤ ਕੀਤਾ ਉਸ ਮਹਾਕਾਬ ਜਿੰਨਾ ਵੱਡਾ ਵਿਸਥਾਰ ਔਰ ਜਿੰਨਾ ਵੱਡਾ ਉਸ ਕਾਬ ਰਚਨਾ ਦਾ ਫੈਲਾਅ ਹੈ ਸੰਸਾਰ ਅੰਦਰ ਇਤਨਾ ਵੱਡਾ ਕਾਬ ਅਜੇ ਤੱਕ ਕੋਈ ਵਿਦਵਾਨ ਰਚ ਨਹੀਂ ਸਕਿਆ ਔਰ ਇਹ ਬਖਸ਼ਿਸ਼ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਆਪਣੇ ਗੁਰਸਿੱਖਾਂ ਦੇ ਉੱਤੇ ਕੀਤੀ ਹੈ ਸੋ ਸਾਧ ਸੰਗਤ ਜੀ ਮੈਂ ਬਹੁਤਾ ਸਮਾਂ ਨ ਲਵਾਂ ਅੱਜ ਦੇ ਕਵੀ ਦਰਬਾਰ ਵਿੱਚ ਜੋ ਕਵੀ ਸੱਜਣ ਪਹੁੰਚੇ ਆ ਮੈਂ ਉਹਨਾਂ ਨੂੰ ਜੀਵ ਆਇਆਂ ਵੀ ਆਖਦਾ ਔਰ ਉਹਨਾਂ ਦੇ ਧੰਨ ਭਾਗ ਵੀ ਹਨ ਜਿਹੜੇ ਮੇਰੇ ਸਤਿਗੁਰੂ ਦੇ ਚਰਨਾਂ ਵਿੱਚ ਪ੍ਰਤੱਖ ਸਤਿਗੁਰੂ ਦੀ ਹਾਜ਼ਰੀ ਵਿੱਚ ਗੁਰੂ ਕਾਜ ਦਾਸ ਤੁਹਾਨੂੰ ਸਰਵਣ ਕਰਵਾਉਣਗੇ ਔਰ ਮੈਂ ਸਿੰਘ ਸਾਹਿਬ ਗਿਆਨੀ ਰਣਜੀਤ ਸਿੰਘ ਜੀ ਗੌਰੇ ਮਸਕੀਨ ਸਾਥ ਸੰਗਤ ਦੀ ਸਨਮਾਨਯੋਗ ਗਿਆਨੀ ਪਿੰਦਰਪਾਲ ਸਿੰਘ ਜੀ ਬੇਨਤੀ ਕਰਕੇ ਗਏ ਆ ਕਿ ਪਿਛਲੇ ਸਾਲ ਸਾਡੇ ਕੁਝ ਰੁਝੇਵੇਂ ਸਨ ਅਸੀਂ ਦਰਸ਼ਨ ਨਹੀਂ ਕਰ ਸਕੇ ਪਰ ਮੇਰਾ ਸਿਰ ਸਿੰਘ ਸਾਹਿਬ ਗਿਆਨੀ ਰਣਜੀਤ ਸਿੰਘ ਜੀ ਗੋਹਰੇ ਮਸਕੀਨ ਦੇ ਚਰਨਾਂ ਵਿੱਚ ਢੁਕਦਾ ਹੈ ਕਿ ਗਿਆਨੀ ਜੀ ਦੇ پاس ਗਏ ਕਹਿਣ ਲੱਗੇ ਜਿੰਨਾ ਚਿਰ ਤੁਸੀਂ ਤਖਸ਼ੀਰ ਪਟਨਾ ਸਾਹਿਬ ਵਿਖੇ ਸਤਿਗੁਰੂ ਜੀ ਦੇ ਗੁਰਪੁਰ ਵਿਖੇ ਆਉਣ ਲਈ ਬਚਨ ਨਹੀਂ ਕਰਦੇ ਹਾਂ ਨਹੀਂ ਕਰਦੇ ਮੈਂ ਇੱਥੋਂ ਉੱਠ ਕੇ ਨਹੀਂ ਜਾਵਾਂਗਾ ਸਾਥ ਸੰਗਤ ਜੀ ਸਿੱਖ ਪੰਥ ਦੀ ਅਜ ਇੱਕ ਇਤਰਾਸ ਦੀ ਹੈ ਕਿ ਅਸੀਂ ਆਪਣੇ ਵਿਦਵਾਨਾਂ ਦਾ ਸਤਕਾਰ ਕਰਨਾ ਛੱਡ ਦਿੱਤਾ ਹੈ ਜਿਹੜੀ ਕੌਮ ਜਿਹੜਾ ਪੰਥ ਦੁਨੀਆਂ ਦੇ ਵਿੱਚ ਵਿਦਵਾਨਾਂ ਨੂੰ ਸਤਕਾਰ ਨਾ ਦੇ ਸਕੇ ਵਿਦਵਾਨਾਂ ਦਾ ਮਾਣ ਨਾ ਕਰ ਸਕੇ ਉਹ ਕੋਮਾਂ ਉਹ ਪੰਥ ਦੁਨੀਆ ਦੇ ਵਿੱਚ ਕਦੇ ਸਫਲਤਾ ਔਰ ਤਰੱਕੀਆਂ ਦੀ بلੰਦੀ ਨਹੀਂ ਪ੍ਰਾਪਤ ਕਰ ਸਕਦੇ ਧੰਗਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਵਿਦਵਾਨਾਂ ਦਾ ਕਿਤਨਾ ਵੱਡਾ ਸਨਮਾਨ ਕੀਤਾ ਆਪ ਜੀ ਨੇ ਗਿਆਨੀ ਜੀ ਦੇ ਮੁੱਖ ਤੋਂ ਸੁਣ ਹੀ ਲਿਆ ਮੈਂ ਵਿਸਥਾਰ ਵਿੱਚ ਨਾ ਜਾਵਾਂ ਸਹਿਬਾਂ ਨੇ ਇਤਨਾ ਵੱਡਾ ਸਤਕਾਰ ਕਰਨਾ ਸਾਨੂੰ ਸਿਖਾਇਆ ਇਸ ਲਈ ਸਾਨੂੰ ਸਿੱਖ ਪੰਥ ਦੇ ਵਿੱਚ ਕੋਟੀ ਦੇ ਵਿਦਵਾਨਾਂ ਦਾ ਰਾਗੀ ਸਿੰਘਾਂ ਦਾ ਗ੍ਰੰਥੀ ਸਿੰਘਾਂ ਦਾ ਕਥਾਵਾਚਕਾਂ ਦਾ ਪ੍ਰਚਾਰਕਾਂ ਦਾ ਕਵੀਆਂ ਦਾ ਔਰ ਢਾਡੀਆਂ ਦਾ ਇੰਨਾ ਸਨਮਾਨ ਕਰਨਾ ਚਾਹੀਦਾ ਵੇਖੋ ਤੁਸੀਂ ਭਾਈ ਅਨੰਦ ਲਾਲ ਸਿੰਘ ਜੀ ਬਾਦਸ਼ਾਹ ਔਰੰਗਜ਼ੇਬ ਦੇ ਪਾਸ ਰਹਿ ਕੇ ਔਰ ਭਾਦਰ ਸ਼ਾਹ ਨੂੰ ਸਾਰੀ ਸਿੱਖਿਆ ਉਹਨਾਂ ਨੇ ਦਿੱਤੀ تعلیم ਦਿੱਤੀ ਔਰ ਭਾਈ ਨੰਦ ਲਾਲ ਸਿੰਘ ਜੀ ਧੰ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਚਰਨਾਂ ਵਿੱਚ ਦਿੱਲੀ ਤੋਂ ਚੱਲ ਕੇ ਆਨੰਦਪੁਰ ਸਾਹਿਬ ਪਹੁੰਚਦੇ ਆ ਇਹਨਾਂ ਇਤਿਹਾਸਕ ਦਲੀਲਾਂ ਤੋਂ ਪ੍ਰਮਾਣਾਂ ਤੋਂ ਇੱਕ ਗੱਲ ਸਾਨੂੰ ਸੁਭਾਵਿਕ ਸਿੱਖਿਆ ਮਿਲਦੀ ਹੈ ਕਿ ਸਤਗੁਰੂ ਜੀ ਕਿੰਨੇ ਵਿਦਿਆ ਦੇ ਕਦਰਦਾਨੀ ਸਨ ਕਿ ਦੁਨੀਆ ਦੇ ਵੱਡੇ ਵੱਡੇ ਵਿਦਵਾਨ ਸਤਨਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਚਰਨਾਂ ਵਿੱਚ ਜਾ ਕੇ ਨਤਮਸਤਕ ਹੁੰਦੇ ਸਨ ਚਾਹ ਹਿੰਦੂ ਚਾਹ ਮੁਸਲਮਾਨ ਦੁਨੀਆ ਭਰ ਦੇ ਵਿਦਵਾਨ ਸਤਗੁਰੂ ਦੇ ਚਰਨਾਂ ਵਿੱਚ ਨਤਮਸਤਕ ਹੁੰਦੇ ਸਨ ਸਤਗੁਰੂ ਜੀ ਨੇ ਇੰਨਾ ਵੱਡਾ ਵਿਦਿਆ ਦਾ ਸਨਮਾਨ ਵਿਦਵਾਨਾਂ ਦਾ ਸਨਮਾਨ ਔਰ ਸਤਕਾਰ ਕੀਤਾ ਮੁਆਫ ਕਰਨਾ ਅੱਜ ਕੌਮ ਦੇ ਵਿੱਚ ਨਾ ਟਾੜੀ ਸਿੰਘਾਂ ਦਾ ਸਤਕਾਰ ਹੈ ਨਾ ਕਵੀਆਂ ਦਾ ਸਤਕਾਰ ਹੈ ਨਾ ਵਿਦਵਾਨਾਂ ਦਾ ਸਤਕਾਰ ਹੈ ਸਾਨੂੰ ਇਸ ਗੱਲ 'ਵਾਲ ਅੱਜ ਧਿਆਨ ਦੇਣਾ ਪਵੇਗਾ ਕਿ ਅਸੀਂ ਆਪਣੇ ਵਿਦਵਾਨਾਂ ਨੂੰ ਇੰਨਾ ਸਨਮਾਨ ਔਰ ਸਤਕਾਰ ਦਈਏ ਕਿ ਦੁਨੀਆ ਦੇ ਹੋਰ ਧਰਮਾਂ ਦੇ ਵਿਦਵਾਨ ਸਿੱਖ ਪੰਥ ਦੀ ਮੁੱਖ ਧਾਰਾ ਵਿੱਚ ਆਉਣ ਲਈ ਇਤਨੇ ਉਤਾਪਲੇ ਹੋਣ ਕਿ ਉਹ ਸਿੱਖ ਬਨਣ ਵਾਸਤੇ ਆਪ ਗੁਰੂ ਨੂੰ ਪੰਥ ਨੂੰ ਸਮਰਪਿਤ ਹੋ ਜਾਣ ਕਿ ਇਹ ਧਰਮ ਦੇ ਵਿੱਚ ਵਿਦਿਆਦਾਨੀਆਂ ਦੀ ਕਿੰਨੀ ਵੱਡੀ ਕਦਰ ਹੈ ਇਸ ਕਰਕੇ ਸਾਨੂੰ ਇਸ ਪਾਸੇ ਬਹੁਤ ਧਿਆਨ ਦੇਣ ਦੀ ਲੋੜ ਹੈ ਮੈਂ ਸਿੰਘ ਸਾਹਿਬ ਗਿਆਨੀ ਰਣਜੀਤ ਸਿੰਘ ਜੀ ਗੌਰੇ ਮਸਕੀਨ ਔਰ ਤੱਕ ਸ੍ਰੀ ਹਰਮੰਦਰ ਸਾਹਿਬ ਜੀ ਪਟਨਾ ਸਾਹਿਬ ਜੀ ਦੇ ਪ੍ਰਬੰਧਕ ਕਮੇਟੀ ਦੇ ਮੁਖ ਸੇਵਾਦਾਰ ਸਰਦਾਰ ਅਵਤਾਰ ਸਿੰਘ ਜੀ ਹਿਤ ਅਤੇ ਉਹਨਾਂ ਦੇ ਨਾਲ ਜਿੰਨੀ ਵੀ ਪ੍ਰਬੰਧਕ ਕਮੇਟੀ ਹੈ ਸਾਰੇ ਮੈਂਬਰ ਸਹਿਬਾਨਾਂ ਦਾ ਸਾਰੇ ਸੰਤ ਮਹਾਪੁਰਖਾਂ ਦਾ ਸੰਤ ਬਾਬਾ ਮਹਿੰਦਰ ਸਿੰਘ ਜੀ ਇੰਗਲੈਂਡ ਵਾਲੇ ਬਹੁਤ ਵੱਡੀਆਂ ਸੇਵਾਵਾਂ ਕਰ ਰਹੇ ਆ ਔਰ ਇਸ ਤੱਕ ਸਾਹਿਬ ਜੀ ਦੇ ਸੰਤ ਬਾਬਾ ਕਸ਼ਮੀਰ ਸਿੰਘ ਜੀ ਭੂਰੀ ਵਾਲੇ ਉਹ ਵੀ ਬਹੁਤ ਵੱਡੀ ਸੇਵਾ ਦੇ ਵਿੱਚ ਲੱਗੇ ਹੋਏ ਆ ਸੰਤ ਬਾਬਾ ਪ੍ਰਦੀਪ ਸਿੰਘ ਜੀ ਬੋਰੇ ਵਾਲੇ ਬਧਨੀ ਕਲਾ ਵਾਲੇ ਬਹੁਤ ਵੱਡੇ ਲੰਗਰਾਂ ਦੀ ਸੇਵਾ ਸੰਗਤਾਂ ਦੀ ਸੇਵਾ ਵਿੱਚ ਲੱਗੇ ਹੋਏ ਆ ਇਹ ਟੁੱਟੀ ਲੜੀ ਨੂੰ ਸਿੰਘ ਸਾਹਿਬ ਗਿਆਨੀ ਰਣਜੀਤ ਸਿੰਘ ਜੀ ਗੌਰੇ ਮਸਕੀਨ ਜੀ ਨੇ ਦੁਬਾਰਾ ਜੋੜਨ ਵਿੱਚ ਬਹੁਤ ਵੱਡਾ ਯੋਗਦਾਨ ਪਾਇਆ ਮੇਰੇ ਪਾਸ ਮਿੱਤੇ ਗਏ ਮੈਨੂੰ ਕਹਿਣ ਲੱਗੇ ਜਿਵੇਂ ਸਤਕਾਰਯੋਗ ਗਿਆਨੀ ਪਿੰਦਰਪਾਲ ਸਿੰਘ ਜੀ ਨੇ ਅਰਜ਼ ਕੀਤੀ ਹੈ ਕਿ ਸਤਿਗੁਰੂ ਜੀ ਦੇ ਹਰ ਗੁਰਪੁਰਬ ਤੇ ਦਮਦਮੀ ਟਕਸਾਲ ਦੇ ਬਾਰਵੇਂ ਮੁਖੀ ਸਠਖਣਵਾਸੀ ਸੰਤ ਗਿਆਨੀ ਗੁਰਬਚਨ ਸਿੰਘ ਜੀ ਖਾਲਸਾ ਸੰਤ ਗਿਆਨੀ ਕਰਤਾਰ ਸਿੰਘ ਜੀ ਖਾਲਸਾ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਪਿੰਡਰਾਵਾਲੇ ਔਰ ਮਹਾਂਪੁਰਖ ਸੰਤ ਬਾਬਾ ਠਾਕੁਰ ਸਿੰਘ ਜੀ ਹਰ ਸਾਲ ਆ ਕੇ ਹਾਜ਼ਰੀਆਂ ਭਰਿਆ ਕਰਦੇ ਔਰ ਸਹਿਬਾਂ ਦੇ ਜਨਮਦੀ ਕਥਾ ਸੰਗਤਾਂ ਨੂੰ ਸੰਤ ਬਾਬਾ ਗੁਰਵਚਨ ਸਿੰਘ ਜੀ ਸੰਤ ਬਾਬਾ ਕਰਤਾਰ ਸਿੰਘ ਜੀ ਸੰਤ ਬਾਬਾ ਜਰਨੈਲ ਸਿੰਘ ਜੀ ਆਪਣੇ ਮੁਖਾਰਬਿੰਦ ਤੋਂ ਇੱਥੇ ਸੁਣਾਇਆ ਕਰਦੇ ਸਨ ਸੋ ਸਾਧ ਸੰਗਤ ਦੀ ਇਸ ਉਪਰਾਲੇ ਦੀ ਜਿੰਨੀ ਸ਼ਲਾਘਾ ਕੀਤੀ ਜਾਏ ਥੋੜੀ ਤੋਂ ਥੋੜੀ ਹੈ ਇੰਨਾ ਸੁੰਦਰ ਦੀਵਾਨ ਹਾਲ ਪਾਈ ਸਾਲਸਰਾਏ ਜੋਰੀ ਦੇ ਨਾਮ ਤੇ ਬਣਾਇਆ ਜਾ ਰਿਹਾ ਇਹ ਉਹ ਸਥਾਨ ਹੈ ਉਹ ਭਾਈ ਸਾਲਸਰਾਏ ਜੋਰੀ ਦੀ ਜਿਨ੍ਹਾਂ ਨੇ ਧੰਗੁਰੂ ਨਾਨਕ ਸਾਹਿਬ ਜੀ ਨੂੰ ਇੱਥੇ ਲੈ ਕੇ ਆਏ ਔਰ ਧੰਗੁਰੂ ਤੇ ਇੱਕ ਬਹਾਦਰ ਸਾਹਿਬ ਦੀ ਇੱਥੇ ਨਿਵਾਸ ਜਿਨ੍ਹਾਂ ਨੇ ਰੱਖਿਆ ਉਹਨਾਂ ਨੇ ਆਪਣੀ ਹਵੇਲੀ ਇਹ ਸਾਰੀ ਧੰਗੁਰੂ ਨਾਨਕ ਸਾਹਿਬ ਨੂੰ ਸਮਰਪਿਤ ਕੀਤੀ ਔਰ ਭਾਈ ਸਾਲਸਰਾਏ ਜੋਰੀ ਦੀ ਕਵਤਾ ਤੁਸੀਂ ਗੁਰਪ੍ਰਤਾਪ ਇਤਿਹਾਸ ਸੂਰਜ ਗ੍ਰੰਥ ਦੇ ਵਿੱਚ ਪੜੋਗੇ ਤਾਂ ਹੈਰਾਨ ਰਹਿ ਜਾਓਗੇ ਕਿ ਕਿੱਡੇ ਵੱਡੇ ਚਕੋਟੀ ਦੇ ਕਵੀ ਭਾਈ ਸਾਲ ਸਰਾਏ ਜੌੜੀ ਸਨ ਸੋ ਸਾਧ ਸੰਗਤ ਜੀ ਉਹਨਾਂ ਗੁਰਮਖਾ ਮਹਾਪੁਰਖਾਂ ਦੀ ਯਾਦ ਵਿੱਚ ਇਹ ਦੀਵਾਨ ਹਾਲ ਸਥਾਪਿਤ ਕੀਤਾ ਗਿਆ ਇਹ ਬਹੁਤ ਵੱਡੀਆਂ ਸੇਵਾਵਾਂ ਹੋ ਰਹੀਆਂ ਹਨ ਆਓ ਦੁਨੀਆ ਭਰ ਦਾ ਹਰ ਸਿੱਖ ਮਾਈ ਭਾਈ ਆਪਣੇ ਸਹਿਬਾਂ ਦੇ ਅਵਤਾਰ ਗੁਰਪ੍ਰਬਤ ਤੇ ਆਪਾਂ ਤਾਕ ਸ਼੍ਰੀ ਪਟਨਾ ਸਾਹਿਬ ਹਾਜ਼ਰੀਆਂ ਭਰ ਕੇ ਆਪਣਾ ਜਨਮ ਸਫਲਾ ਕਰਿਆ ਕਰੀਏ ਬਹੁਤ ਬਹੁਤ ਵਧਾਈਆਂ ਭੁੱਲਾਂ ਚੁੱਕਾਂ ਖਿਮਾ ਕਰਨੀਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ